ਪੰਜਾਬ ਦੇ ਵਿੱਚ ਹੁਣ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਨੇ ਮਤਲਬ ਸ਼ਹਿਰਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਸ ਵਿਚਾਲੇ ਖਦਸ਼ੇ ਜਤਾਏ ਜਾ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿ ਇੱਥੇ ਧੱਕੇਸ਼ਾਹੀ ਹੋ ਸਕਦੀ ਹੈ ਤੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੇਤਾਵਨੀ ਦਿੱਤੀ ਹੈ ਕਾਂਗਰਸੀ ਵਿਧਾਇਕਾਂ ਅਤੇ ਅਫਸਰਾਂ ਨੂੰ ਵੀ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਸਾਲ 2022 ਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਇੱਕ ਕਮਿਸ਼ਨ ਬਣਾਇਆ ਜਾਵੇਗਾ ਅਤੇ ਅਜਿਹੇ ਮਾਮਲਿਆਂ ਦੀ ਜਾਂਚ ਕਰਾਈ ਜਾਵੇਗੀ ਉਹਨਾਂ ਕਿਹਾ ਕਿ 3 ਮਹੀਨੇ ਚ ਜਾਂਚ ਕਰਵਾ ਕੇ ਸਖਤ ਕਾਰਵਾਈ ਉਹਨਾਂ ਲੋਕਾਂ ਦੇ ਖਿਲਾਫ ਕੀਤੀ ਜਾਏਗੀ ਜਿਹੜੇ ਹੁਣ ਧੱਕੇਸ਼ਾਹੀ ਕਰਨਗੇ ਮਿਊਂਸੀਪਲ ਚੋਣਾਂ ਚ ਵੀ ਧੱਕੇਸ਼ਾਹੀ ਦੀ ਫਿਰਾਕ ਚ ਬੈਠੇ ਕਾਂਗਰਸੀ ਆਗੂਆਂ ਨੂੰ ਵੀ ਉਹਨਾਂ ਨੇ ਤਾੜਨਾ ਕੀਤੀ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਇੱਕ ਵਾਰਨਿੰਗ ਜਾਰੀ ਕੀਤੀ ਗਈ ਹੈ ਕਾਂਗਰਸੀ ਵਿਧਾਇਕਾਂ ਅਤੇ ਅਫਸਰਾਂ ਨੂੰ ਅਗਲੇ ਮਹੀਨੇ ਦੀ 13 ਜਾਂ 14 ਤਰੀਕ ਨੂੰ ਵੋਟਾਂ ਪੈਣੀਆਂ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਡਟ ਕੇ ਇਲੈਕਸ਼ਨ ਲੜੋ ਸ਼੍ਰੋਮਣੀ ਅਕਾਲੀ ਦਲ ਆਪਣੇ ਸਿੰਬਲ 'ਤੇ ਸਾਰੀ ਜਗ੍ਹਾ ਇਲੈਕਸ਼ਨ ਲੜੂਗਾ ਅਤੇ ਅੱਜ ਮੈਂ ਅਫਸਰ ਸਾਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਪੱਖਪਾਤ ਕਰਨਾ ਬੰਦ ਕਰ ਦਿਓ ਕਿਉਂਕਿ ਹੁਣ ਸਮਾਂ ਨਹੀਂ 7-8 ਮਹੀਨੇ ਰਹਿ ਗਏ ਹੈ ਸਰਕਾਰ ਦੇ ਕੋਈ ਜਿਹੜੀ ਧੱਕਾਸ਼ਾਹੀ ਸਾਡੀ ਪਾਰਟੀ ਨਹੀਂ ਬਰਦਾਸ਼ਤ ਕਰੂਗੀ ਜਾਂ ਕੋਈ ਸਾਡੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਨੇ ਜਾਂ ਕੁਛ ਜਿਹੜੀ ਸੋਚ ਕਾਂਗਰਸੀ ਲਈ ਬੈਠੇ ਆ ਜੇ ਹਿੰਮਤ ਹੈ ਕਾਂਗਰਸ ਪਾਰਟੀ ਜੇ ਆਪਣੇ ਆਪ ਨੂੰ ਕਾਂਗਰਸ ਕਹਿੰਦੀ ਹੈ ਕਿ ਅਸੀਂ ਕੰਮ ਕੀਤੇ ਜਾਂ ਪਰਫੋਰਮੈਂਸ ਦੇ ਚੈੱਕ ਕਰਨੀ ਹੈ ਤਾਂ ਫਰੀ ਐਂਡ ਫੇਅਰ ਇਲੈਕਸ਼ਨ ਕਰਾਓ ਜ਼ਮਾਨਤਾਂ ਜ਼ਬਤ ਹੋਣਗੀਆਂ ਕਾਂਗਰਸ ਦੀਆਂ ਹੁਣੀ ਸੀ ਵੋਟਰਸ ਦਾ ABP ਚੈਨਲ ਸੀ ਵੋਟਰ ਦਾ ਸਰਵੇ ਆਇਆ ਸਭ ਤੋਂ ਮਾੜੀ ਅਪਰੂਵਲ ਰੇਟ ਕੈਪਟਨ ਅਮਰਿੰਦਰ ਸਿੰਘ ਐਜ਼ CM ਹੈ ਉਹਨਾਂ ਨੇ ਕਿਹਾ ਕਿ ਪੂਰੇ ਸਾਰੇ ਦੇਸ਼ ਦੇ CMਾਂ ਵਿੱਚੋਂ ਸਭ ਤੋਂ ਨਿਖੇਧ CM ਕੈਪਟਨ ਅਮਰਿੰਦਰ ਸਿੰਘ ਹੈ ਇਕੱਲੇ 9% ਅਪਰੂਵਲ ਰੇਟਿੰਗ ਹੈ ਇਹ ਤੋਂ ਮਾੜੀ ਕੀ ਹੋ ਸਕਦੀ ਹੈ ਇਹ ਤੋਂ ਥੱਲੇ ਅੱਜ ਤੱਕ ਕਿਸੇ ਵੀ ਚੀਫ ਮਿਨਿਸਟਰ ਦੀ ਪਰਫੋਰਮੈਂਸ ਨਹੀਂ ਰਹੀ ਜਿਹੜੇ ਤੁਹਾਡੇ ਇੱਥੇ ਕਾਂਗਰਸ ਦੇ ਲੀਡਰਸ਼ਿਪ ਹੈ MLA ਸਾਹਿਬਾਨ ਹੈ ਮੈਨੂੰ ਹੁਣੇ ਦੱਸਿਆ ਕਿ ਸਭ ਤੋਂ ਵੱਡੇ ਰੇਤ ਮਾਫੀਆ ਉਹ ਆਪ ਬਣੇ ਬੈਠੇ ਹੈ ਗੁੰਡਾਗਰਦੀ ਜਿੰਨੀ ਇੱਥੇ ਹੈ ਝੂਠੇ ਕੇਸ ਬਣਾਏ ਜਾਂਦੇ ਹੁਣ ਜਿੰਨਾ ਵੀ ਗੁੰਡਾਗਰਦੀ ਕੀਤੀ ਹੈ ਸਾਰਿਆਂ ਨੂੰ ਉਹਨਾਂ ਨੂੰ ਭੁਗਤਣਾ ਜ਼ਰੂਰ ਪੈਣਾ ਇਨਸਾਫ ਤਾਂ ਜਿਹੜੇ ਜੇ ਉਹਨਾਂ ਨੇ ਗਲਤ ਕੰਮ ਕੀਤਾ ਭਾਵੇਂ ਉਹ MLA ਭਾਵੇਂ ਮਿਨਿਸਟਰ ਜੇ ਗਲਤ ਕੰਮ ਕੀਤਾ ਤਾਂ ਭੁਗਤਣਾ ਪੈਣਾ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ